ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬ ਦੇ ਨੌਜਵਾਨੋ, ਮੇਰੀਆਂ ਮਾਵਾਂ, ਭੈਣਾਂ, ਬਜ਼ੁਰਗਾਂ, ਬੱਚਿਆਂ ਨੂੰ, ਸਾਰਿਆਂ ਨੂੰ ਬੜੀ ਬੇਸਬਰੀ ਨਾਲ ਉਡੀਕ ਸੀ ਇਸ ਗੱਲ ਦੀ ਕਿ ਭਾਨਾ ਸਿੰਘ ਸਿੱਧੂ ਅੱਜ 10 ਤਰੀਕ ਜਿਹੜੀ ਉਸ ਦਿਨ ਸਰਕਾਰ ਦੇ 4 ਨਹੀਂ 8 ਵੱਡੇ ਅਧਿਕਾਰੀ, ਜਿਨ੍ਹਾਂ 'ਚ ਜਿਹੜਾ ਸਪੈਸ਼ਲ DGP ਅਰਪਿਤ ਸ਼ੁਕਲਾ, ADGP ਜਸਕਰਨ ਸਿੰਘ, ADG ਗੁਰਿੰਦਰ ਸਿੰਘ ਢਿੱਲੋਂ, DIG ਹਰਚਰਨ ਸਿੰਘ ਭੁੱਲਰ, SSP ਬਰਨਾਲਾ, SSP ਸੰਗਰੂਰ, DC ਸੰਗਰੂਰ, 4-8 ਜਾਣੇ ਉਹ ਅਧਿਕਾਰੀ ਸੀ, ਜਿਹਦੇ ਵਿੱਚ 7 IPS ਅਤੇ 1 IAS ਉਹਦੇ ਲਿਖਤੀ ਵਾਅਦਾ ਕਰਕੇ ਗਏ ਆ, ਜਵਾਨੀ ਬੋਲ ਕੇ ਗਿਆ, ਵੱਡੀ ਗਿਣਤੀ ਜਿਹੜੀ ਸੰਗਤ ਦੀ ਸੀਗੀ, ਨੌਜਵਾਨਾਂ ਦਾ ਭਾਰੀ ਇਕੱਠ ਸੀ ਉੱਥੇ, ਉਹਨਾਂ ਨੇ ਜਿਹੜੀਆਂ ਗੱਲਾਂ ਬੋਲੀਆਂ ਉਹ ਤੁਸੀਂ ਸਾਰਿਆਂ ਨੇ ਸੁਣੀਆਂ ਨੇ, ਅਤੇ ਆਪਣੇ ਕੋਲੋਂ 10 ਤਰੀਕ ਤੱਕ ਦਾ ਸਮਾਂ ਮੰਗਿਆ ਸੀ, 10 ਤਰੀਕ ਤੱਕ ਅਸੀਂ ਭਾਂਦੇ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿਆਂਗੇ। ਸੋ ਅੱਜ 10 ਤਰੀਕ ਆ, ਸਵੇਰੇ 2.5-3 ਘੰਟੇ ਦੇ ਕਰੀਬ ਜਿਹੜੀ SSP ਬਠਿੰਡਾ ਦੇ ਨਾਲ ਗੱਲਬਾਤ ਹੋਈ, ਸਵੇਰੇ ਵੀ ਇਹਨਾਂ ਨੇ ਇਹੀ ਕਿਹਾ ਕਿ ਅੱਜ 10 ਤਰੀਕ ਹੈ, ਅਸੀਂ ਪੁੱਛਿਆ ਜਦੋਂ, ਉਹ ਕਹਿੰਦੇ ਆ ਜਾਓ ਆਪਾਂ ਅਸੀਂ ਗੱਲਬਾਤ ਬੈਠ ਕੇ ਕਰਦੇ ਹਾਂ। ਤੜਕੇ ਵੀ ਅੱਜ ਇਹੀ ਕਿਹਾ ਗਿਆ ਕਿ ਭਾਈ ਅਸੀਂ ਅੱਜ ਉਹਨੂੰ ਭਾਨੇ ਨੂੰ ਰਿਹਾਅ ਕਰ ਦਿਆਂਗੇ। 10 ਵੱਜ ਚੁੱਕੇ ਆ, 10 ਵੱਜ ਗਏ, ਹਾਂ 10 ਵੱਜ ਗਏ ਆ, ਪਰ ਹਾਲੇ ਤੱਕ ਕੋਈ ਰਿਹਾਈ ਦੀ ਖਬਰ ਜਿਹੜੀ ਉਹ ਨਹੀਂ ਆਈ। ਸੋ ਭਰਾਵੋ, ਆਪਣਾ ਅੱਜ ਤੱਕ ਦਾ ਸਮਾਂ ਸੀਗਾ, ਆਪਾਂ ਅੱਜ ਤੱਕ ਇਹਨਾਂ ਨੂੰ ਸਮਾਂ ਦਿੱਤਾ ਸੀ, ਹੁਣ ਆਪਾਂ ਦੇਖਦੇ ਹਾਂ ਕਿ ਕੀ ਕਰਦੇ ਆ, ਭੱਜਦੇ ਆ ਆਪਣੀ ਜ਼ਬਾਨ ਤੋਂ, ਉਸ ਜ਼ਬਾਨ ਦੇ ਉੱਤੇ ਖਰੇ ਉਤਰਦੇ ਆ। ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਅੱਜ, ਵੈਸੇ ਇਹਨਾਂ ਦਾ ਐਂ ਨਹੀਂ ਪਤਾ ਸੀ, ਹੁਣ ਕਹਿ ਦਈਏ ਵੀ ਇਹ ਛੱਡਦੇ ਨਹੀਂ, ਤਾਂ ਐਂ ਨਹੀਂ ਪਤਾ ਇਹ ਰਾਤ ਨੂੰ ਵੀ ਛੱਡ ਦਿੰਦੇ ਹੁੰਦੇ ਆ, ਜੇ ਅਸੀਂ ਕਹਿ ਦਈਏ ਇਹ ਛੱਡ ਦੇਣਗੇ, ਇਹ ਨਾ ਛੱਡਣ, ਇਹ 'ਤੇ ਵੀ ਕੋਈ ਭਰੋਸਾ ਨਹੀਂ। ਸੋ ਪਰ ਫਿਲਹਾਲ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ, ਇੰਨੀ ਕੁ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਵੀ ਜਿਹੜਾ ਵੀ ਪ੍ਰੋਗਰਾਮ ਦਿੱਤਾ ਇੱਕ ਅੱਧੇ ਦਿਨ 'ਚ ਦੇਵਾਂਗੇ, ਕੱਲ੍ਹ ਨੂੰ ਹੀ ਦੇਵਾਂਗੇ, ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ, ਸਾਰੇ ਜਿੰਨੀਆਂ ਧਿਰਾਂ ਖੜੀਆਂ ਨੇ ਆਪਣੇ ਨਾਲ ਆ ਕੇ, ਜਿੰਨੇ ਵੀ ਨੌਜਵਾਨ ਖੜੇ ਨੇ, ਸਾਰਿਆਂ ਨਾਲ ਇੱਕ ਵਿਚਾਰ ਵਟਾਂਦਰਾ ਕਰਕੇ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਤਿੱਖਾ ਦੇਣਾ ਅਤੇ ਇੱਕ ਅੱਧੇ ਦਿਨ 'ਚ ਹੀ ਦੇਣਾ, ਉਹਦੇ ਬਾਰੇ ਤੁਹਾਨੂੰ ਅਗਲੀ ਜਿਹੜੀ ਜਾਣਕਾਰੀ ਆ, ਜਿਹਦਾ ਆ ਜਾਂਦਾ ਛੱਡ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਹੈ, ਫਿਰ ਤਾਂ ਠੀਕ ਹੈ, ਫਿਰ ਤਾਂ ਤੁਹਾਨੂੰ ਪਤਾ ਹੀ ਲੱਗ ਜਾਣਾ, ਜੇ ਰਾਤ ਨੂੰ ਵੀ ਛੱਡਤਾ ਮੰਨ ਲਓ ਤਾਂ ਵੀ ਕੋਈ ਸੁਨੇਹਾ ਲੱਗੂਗਾ, ਤਾਂ ਵੀ ਤੁਹਾਨੂੰ ਨਾਲ ਦੀ ਨਾਲ ਕੋਈ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਪਰ ਜੇ ਨਹੀਂ ਵੀ ਛੱਡਦੇ ਫਿਰ ਜਿਹੜਾ ਵੀ ਪ੍ਰੋਗਰਾਮ ਲੀਕਣਾ ਹੋਇਆ ਇੱਕ ਦਿਨ ਦੇ ਵਿੱਚ, ਉਹ ਤੁਹਾਨੂੰ ਕੱਲ੍ਹ ਨੂੰ ਅਸੀਂ ਸਾਰੀ ਜਾਣਕਾਰੀ ਸਾਰਿਆਂ ਬੰਦਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਕਿ ਅੱਗੇ ਆਪਾਂ ਕੀ ਕਰਨਾ, ਕਿੱਧਰ ਨੂੰ ਨਿਕਲਣਾ, ਕਿੱਧਰ ਨੂੰ ਆਉਣਾ ਜਾਂ ਕੀ ਕਰਨਾ, ਪਰ ਲਵਾਂਗੇ ਭਾਂਡੇ ਨੂੰ ਸਾਹ ਉਦੋਂ ਹੀ ਰਿਹਾਅ ਕਰਾ ਕੇ। ਤਕੜੇ ਰਹੋ ਮੇਰਾ ਵੀ, ਡਟੇ ਰਹੋ, ਤੁਸੀਂ 29 ਨੂੰ ਵੱਡਾ ਇਕੱਠ ਕੀਤਾ, ਉਦੋਂ ਬਾਅਦ ਹੀ ਸਰਕਾਰ ਜਰਕੀ ਹੈ, ਤੁਸੀਂ 3 ਨੂੰ ਵੀ ਦਿਖਾਤਾ ਸੀਗਾ ਕਿ ਰੋਕਾਂ ਟੋਕਾਂ ਬਥੇਰੀਆਂ ਲਾਈਆਂ, ਬਥੇਰਾ ਕੋਸ਼ਿਸ਼ਾਂ ਕੀਤੀਆਂ, ਬੰਦੇ ਵੀ ਫੜ ਲਏ, ਡਾਂਗਾਂ ਵੀ ਮਾਰੀਆਂ, ਪਰ ਤੁਸੀਂ ਬੈਰੀਕੇਡ ਭੰਨ ਕੇ ਤੁਸੀਂ ਪਹੁੰਚੇ ਹੋ। ਸੋ ਮੈਨੂੰ ਹੁਣ ਵੀ ਪੂਰਨ ਉਮੀਦ ਆ ਕਿ ਜਦੋਂ
ਪਰ ਇਹਨਾਂ ਨੇ ਗਾਂ ਦੀ ਗਾਂ ਤਵਾਰੇ ਤੁਹਾਨੂੰ ਪਤਾ ਹੀ ਹੈ, ਪਰਚਾ ਇੱਕ ਹੋਰ ਮੇਰੇ 'ਤੇ ਵੀ, ਅਮਨੇ 'ਤੇ ਵੀ, ਅਮਨੇ ਦੀਆਂ ਭੈਣਾਂ 'ਤੇ ਵੀ, ਪਰਿਵਾਰ 'ਤੇ ਪਰਚਾ ਦੇਤਾ ਸੀਗਾ ਤੈਨੂੰ ਸਭ ਦਾ। ਕੋਈ ਗੱਲ ਨਹੀਂ, ਪਰਚੇ ਐਂ ਨਹੀਂ ਪਤਾ ਹੋਰ ਵੀ ਦੇਣ, ਮੇਰਾ ਵੀ ਡਟੇ ਰਹੋ। ਆਉਣ ਵਾਲਾ ਸੁਨੇਹਾ ਤੁਹਾਨੂੰ ਕੱਲ੍ਹ ਨੂੰ ਅਸੀਂ ਸਾਰੇ ਧਿਰਾਂ ਨਾਲ ਇੱਕ ਰਾਇ ਕਰਕੇ, ਮਸ਼ਵਰਾ ਕਰਕੇ ਕਿ ਅਗਲਾ ਪ੍ਰੋਗਰਾਮ ਕੀ ਦੇਣਾ ਉਹ ਤੁਹਾਨੂੰ ਅਸੀਂ ਕੱਲ੍ਹ ਨੂੰ ਦੱਸ ਦਿਆਂਗੇ, ਪਰ ਬਹੁਤ ਛੇਤੀ ਦੇਵਾਂਗੇ, ਤਿੱਖਾ ਦੇਵਾਂਗੇ। ਘਰੇ ਨਹੀਂ ਬੈਠਣ ਵਾਲੇ ਹੈਗੇ ਵੀ ਚੁੱਪ ਕਰਕੇ ਘਰੇ ਬਹਿ ਜਾਂਗੇ, ਇਹ ਸਰਕਾਰ ਨੂੰ ਸੁਣ ਲੈਣਾ ਚਾਹੀਦਾ। ਅਗਲੀ ਗੱਲ ਮੈਂ ਹੋਰ ਅਪੀਲ ਕਰਦਾ ਕਿ ਜਿਹੜੀ ਗੱਲ ਮੇਰੇ ਕੋਲ ਵਾਰ ਵਾਰ ਆ ਰਹੀ ਹੈ, ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਬਾਈ ਸਾਨੂੰ SHO ਦਾ ਫੋਨ ਆ ਗਿਆ, ਸਾਨੂੰ ਮੁਨਸ਼ੀ ਦਾ ਫੋਨ ਆ ਗਿਆ ਥਾਣੇ 'ਚੋਂ, ਸਾਨੂੰ ਸੀ ਇੰਚਾਰਜ ਦਾ ਫੋਨ ਆ ਗਿਆ, ਸਾਨੂੰ DSP ਸੱਦੀ ਜਾਂਦਾ, ਸਾਡੇ ਘਰੇ ਪੁਲਿਸ ਕਿਹੜਾ ਮਾਰ ਗਈ ਵੀ ਥਾਣੇ ਆਓ, ਕਿਹੜੇ ਕਿਸੇ ਵੀ ਥਾਣੇ ਬੁਲਾਉਣ, ਕਿਸੇ ਦਫ਼ਤਰ ਬੁਲਾਉਣ, ਕਿਸੇ CA ਸਟਾਫ ਬੁਲਾਉਣ, ਜਾਣਾ ਨਹੀਂ। ਸਾਰੇ ਮੇਰਾ ਵੀਰੇ ਗੱਲ ਨੂੰ ਧਿਆਨ ਨਾਲ ਸੁਣ ਲਿਓ, ਇਹ ਦਹਿਸ਼ਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਤੇ ਨਹੀਂ ਜਾਣਾ ਮੇਰਾ ਭਰਾ। ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਪ੍ਰਵਾਨਾ ਕੱਟ ਕੇ ਭੇਜੋ, ਕੋਈ ਰੁੱਕਾ ਭੇਜੋ, ਅਸੀਂ ਆ ਜਾਵਾਂਗੇ। ਜੇ ਸਾਡੇ ਖਿਲਾਫ਼ ਕੋਈ ਤੁਹਾਡੇ ਕੋਲ ਦਰਖਾਸਤ ਆਈ ਹੈ, ਸਾਡੇ ਖਿਲਾਫ਼ ਤੁਹਾਡੇ ਕੋਲ ਕੋਈ ਮੁਕੱਦਮਾ ਦਰਜ ਆ ਅਤੇ ਨਹੀਂ ਸਾਰੇ, ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ, ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਪੱਧਰ 'ਤੇ ਹੋ ਰਿਹਾ, ਉਹਨਾਂ ਨੂੰ ਕਹੀਦਾ ਵਿਚਾਰੇ ਵਗ ਵੀ ਗਏ ਥਾਣੇ 'ਚ ਇਹਨਾਂ ਦੇ ਬਿਨਾਂ ਸੱਦੇ ਤੋਂ ਹੀ। ਮਾੜਾ ਇੱਕ ਫੋਨ ਆਇਆ ਅਤੇ ਆਪਾਂ ਚੱਕ ਕੇ ਚਲੋ ਜੀ ਥਾਣੇ 'ਚ ਬੁਲਾਇਆ, ਆਪਾਂ ਇਹਦੇ ਕੋਈ ਗੁਨਾਹ ਨਹੀਂ ਕੀਤਾ, ਤਾਂ ਡਰ ਕਾਹਦਾ। ਅਤੇ ਜੇ ਬੁਲਾਉਂਦੇ ਆ ਤਾਂ ਪੁੱਛ ਲਿਆ ਕਰੋ ਵੀ ਭਾਈ ਦੱਸੋ ਕੰਮ ਕੀ ਹੈ, ਅਸੀਂ ਨਹੀਂ ਆਉਣਾ। ਉੱਥੇ ਵਗ ਗਏ ਇੱਕ ਦੋ ਮੇਰੇ ਨਾਲ ਦੇ ਸਾਥੀ, ਉੱਥੇ ਕਹੋ ਰਿਸ਼ਤੇਦਾਰ ਲਿਖੀ ਜਾਂਦੇ ਆ, ਤੇਰੀ ਭੂਆ ਕਿੱਥੇ ਪਈ ਹੈ, ਤੇਰੀ ਮਾਸੀਆਂ ਕਿੱਥੇ ਨੇ, ਤੇਰੇ ਨਾਨਕੇ ਕਿੱਥੇ ਹੈ, ਜਣੇ ਸਾਰਾ ਡਰ ਦਾ ਮਾਹੌਲ ਪੈਦਾ ਕਰ ਰਹੇ ਵੀ ਲੋਕ ਖਾਸ ਤੌਰ 'ਤੇ ਨੌਜਵਾਨੀ ਘਰਾਂ ਤੋਂ ਨਿਕਲਣ ਨੂੰ ਹਟਦੇ, ਪਰ ਉਹ ਘਰਾਂ ਤੋਂ ਨਿਕਲੇ ਬਿਨਾਂ ਗੱਲ ਨਹੀਂ ਬਣਨੀ। ਤੁਹਾਨੂੰ ਮੇਰੇ ਕੋਲ ਗੱਲ ਦੱਸ ਦਿੰਦਾ, ਤਿਆਰ ਰਹੋ ਮੇਰਾ ਵੀਰ, ਜਿਹੜਾ ਵੀ ਤੁਹਾਨੂੰ ਕੋਈ ਅਸੀਂ ਆਉਣ ਵਾਲੇ ਦਿਨ ਸੱਦਾ ਦੇਵਾਂਗੇ ਅਤੇ ਗੱਲ ਇੱਕ ਪਾਸੇ ਲਾ ਕੇ ਹਟਾਂਗੇ, ਹੁਣ ਉਦੋਂ ਨਾ ਪੈਰ ਜੁੱਤੀ ਪਾਇਓ, ਪਤਾ ਲੱਗ ਜੂਗਾ ਆਪਾਂ ਨੂੰ ਜਿਹੜਾ ਵੀ ਹੁਣ 2 ਘੰਟਿਆਂ 'ਚ, ਹੋਰ ਘੰਟੇ 1.5 ਘੰਟੇ 'ਚ ਪਤਾ ਲੱਗੂਗਾ, ਜਿਹੜੀ ਨਵੀਂ ਜਾਣਕਾਰੀ ਹੋਈ ਤੁਹਾਡੇ ਨਾਲ ਸਾਂਝੀ ਕਰ ਲਾਂਗੇ, ਨਹੀਂ ਫਿਰ ਕੱਲ੍ਹ ਨੂੰ ਤੁਹਾਨੂੰ ਜੇ ਨਹੀਂ ਵੀ ਛੱਡਦੇ ਅੱਜ ਤਾਂ ਕੱਲ੍ਹ ਨੂੰ ਜਿਹੜਾ ਵੀ ਪ੍ਰੋਗਰਾਮ ਦੇਣਾ ਹੱਕ ਦੇ ਦਿਨ 'ਚ ਦੇ ਕੇ ਉਹ ਤੁਹਾਨੂੰ ਸਾਰਿਆਂ ਨਾਲ ਰਾਇ ਕਰਕੇ ਮਸ਼ਵਰਾ ਧਿਰ ਨਾਲ ਅਤੇ ਬਾਕੀ ਧਿਰਾਂ ਦੇ ਨਾਲ ਤੁਹਾਡੇ ਨਾਲ ਸਾਰੀ ਅਗਲੀ ਜਿਹੜੀ ਰਣਨੀਤੀ ਉਹ ਲਿਖ ਦਿਆਂਗੇ। ਕੋਈ ਹੋਰ ਗੱਲਬਾਤ ਮੈਨੂੰ? ਠੀਕ ਹੈ ਜੀ, ਕੱਲ੍ਹ ਤੁਹਾਡੇ ਨਾਲ ਦੁਬਾਰੇ ਆਪਾਂ ਕੱਲ੍ਹ ਦੀ ਬਜਾਏ ਜੇ ਅੱਜ ਛੱਡਦੇ ਹਾਂ ਤਾਂ ਅੱਜ ਹੀ ਤੁਹਾਨੂੰ ਪਤਾ ਹੀ ਲੱਗ ਜਾਣਾ, ਫਿਰ ਤਾਂ ਜੇਲ੍ਹ ਦੇ ਮੂਹਰੇ ਜਾਣਾ ਪੈਣਾ ਲੈਣ, ਉੱਥੇ ਪਤਾ ਲੱਗ ਜਾਣਾ। ਜੇ ਨਹੀਂ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਤਾਂ ਫਿਰ ਕੱਲ੍ਹ ਨੂੰ ਜਿਹੜੀ ਨਵੀਂ ਜਾਣਕਾਰੀ ਹੈ ਨਵਾਂ ਕੋਈ ਵੀ ਅਗਲਾ ਪ੍ਰੋਗਰਾਮ ਦਿੱਤਾ ਜਾਣਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।